ਸਾਹਿਤ ਤੇ ਚੰਗੀਆਂ ਕਿਤਾਬਾਂ ਹੀ ਸਾਡੀ ਜ਼ਿੰਦਗੀ ਨੂੰ ਨਵੇਂ ਰਾਹ ਦਿਖਾਉਂਦੀਆਂ ਨੇ ਤੇ ਕਈ ਕਿਤਾਬਾਂ ਸਾਡੀ ਜ਼ਿੰਦਗੀ ਸਾਨੂੰ ਅਤੇ ਸਾਡੇ ਸਮਾਜ ਦੀ ਸੋਚ ਨੂੰ ਬਦਲ ਦਿੰਦੀਆਂ ਨੇ। ਸਮਾਜ ਤੇ ਜ਼ਿੰਦਗੀ ਨੂੰ ਬਦਲਣ ਵਾਲਾ ਸਾਹਿਤ ਹੀ ਰਚਦੇ ਸੀ ਜਸਵੰਤ ਕਵਲ ਅਤੇ ਦਲੀਪ ਕੌਰ ਟਿਵਾਣਾ ਜੀ, ਜੋ ਬੀਤੀ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਸਾਹਿਤ ਜਗਤ ਅਤੇ ਸਾਨੂੰ ਅਲਵਿਦਾ ਕਹਿ ਗਏ। ਸਭ ਤੋਂ ਪਹਿਲਾਂ ਸਾਨੂੰ ਦਲੀਪ ਕੌਰ ਟਿਵਾਣਾ ਜੀ ਦੀ ਖਬਰ ਮਿਲੀ, ਜਿਨ੍ਹਾਂ ਦਾ ਇਲਾਜ ਮੋਹਾਲੀ ਵਿਖੇ ਮੈਕਸ ਹਸਪਤਾਲ ਵਿੱਚ ਚੱਲ ਰਿਹਾ ਸੀ, ਜਿਸ ਦੌਰਾਨ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਉਮਰ ਕਰੀਬ 80 ਕੁ ਸਾਲ ਸੀ ਤੇ ਉਹਨਾਂ ਨੇ ਹੁਣ ਤੱਕ ਕਰੀਬ 50 ਕੁ ਕਿਤਾਬਾਂ ਦੀ ਰਚਨਾ ਕੀਤੀ ਹੈ। ਉਹਨਾਂ ਦੀਆਂ ਕਿਤਾਬਾਂ ਜਿਵੇਂ ਕਿ ਇਹੋ ਹਮਾਰਾ ਜੀਵਨਾ, ਕਥਾ ਕਰੋ ਉਰਵਸੀ, ਨੰਗੇ ਪੈਰਾਂ ਦਾ ਸਫ਼ਰ, ਸੂਰਜ ਤੇ ਸਮੁੰਦਰ ਤੇ ਹੋਰ ਵੀ ਬਹੁਤ। ਉਹਨਾਂ ਨੂੰ ਸਾਹਿਤ ਅਕੈਡਮੀ ਅਵਾਰਡ ਅਤੇ ਪਦਮ ਸ਼੍ਰੀ ਨਾਲ ਵੀ ਨਿਵਾਜਿਆ ਗਿਆ ਸੀ। ਤੇ ਇਹਤੇ ਹੀ ਦੂਜਾ ਝਟਕਾ ਸਾਨੂੰ ਉਦੋਂ ਲੱਗਿਆ ਜਦੋਂ ਸਾਹਿਤ ਜਗਤ ਦੇ ਬਾਬਾ ਬੋੜ ਯਾਨੀ ਕਿ ਜਸਵੰਤ ਕਵਲ ਦੇ ਦੇਹਾਂਤ ਦੀ ਖ਼ਬਰ ਸਾਨੂੰ ਮਿਲੀ। ਜਸਵੰਤ ਕਵਲ ਇਸ ਸਦੀ ਦੇ ਸਭ ਤੋਂ ਮਹਾਨ ਨੋਵਲਕਾਰ ਸੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 100 ਸਾਲ ਪੂਰੇ ਕੀਤੇ। ਜਸਵੰਤ ਕਵਲ ਦੇ ਲਿਖਤ ਪੰਜਾਬ ਵਿੱਚ ਸਭ ਤੋਂ ਵੱਧ ਪੜ੍ਹੀ ਗਈ ਤੇ ਉਹਨਾਂ ਨੇ ਢੇਰ ਸਾਰੀਆਂ ਨੋਵਲਾਂ ਲਿਖੀਆਂ ਜਿਵੇਂ ਕਿ ਰਾਤ ਬਾਕੀ ਹੈ, ਲਹੂ ਦੀ ਲੋ, ਹਾਨੀ, ਪੂਰਨਮਾਸ਼ੀ ਅਤੇ ਕਈ ਹੋਰ। ਉਹਨਾਂ ਨੂੰ ਸਾਹਿਤ ਅਕੈਡਮੀ ਫੈਲੋਸ਼ਿਪ, ਸਾਹਿਤ ਅਕੈਡਮੀ ਪੁਰਸਕਾਰ ਅਤੇ ਸਾਹਿਤ ਸ਼੍ਰੋਮਣੀ ਅਵਾਰਡ ਨਾਲ ਵੀ ਨਿਵਾਜਿਆ ਗਿਆ। ਬਹੁਤ ਵੱਡੇ ਦੁੱਖ ਦੀ ਗੱਲ ਹੈ ਕਿ ਇਹ ਦੋ ਚੋਟੀ ਦੇ ਲੇਖਕ ਸਾਨੂੰ ਅਲਵਿਦਾ ਕਹਿ ਗਏ। ਅਸੀਂ ਇਹੋ ਵਿਸ਼ ਕਰਦੇ ਹਾਂ ਕਿ ਰੱਬ ਇਹਨਾਂ ਦੀ ਰੂਹ ਨੂੰ ਸਕੂਨ ਦੇਵੇ।